ਰਿਜ਼ਲਟ ਦੇਖ ਲਓ ਤੁਸੀਂ ਤੇ ਮੈਂ ਹਰਸ਼ ਕੌਰ, ਬਹੁਤ ਸੋਹਣੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਬੱਚਾ ਬੋਲਣ ਲੱਗ ਗਿਆ ਹੈ। ਉਸਦੀ ਆਵਾਜ਼ ਨਹੀਂ ਸੀ ਪਰ ਹੁਣ ਉਸਦੀ ਆਵਾਜ਼ ਆ ਚੁੱਕੀ ਹੈ। ਉਸਦੀ ਮਾਤਾ ਦੇ ਵੱਲੋਂ ਕਿਹਾ ਗਿਆ ਹੈ ਕਿ ਉਸਨੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਅਰਦਾਸ ਕੀਤੀ ਸੀ, ਉਹਨਾਂ ਦੀ ਅਰਦਾਸ ਸੁਣ ਲਿੱਤੀ ਗਈ ਹੈ ਕਿ ਉਹਨਾਂ ਦਾ ਬੱਚਾ ਬੋਲਣ ਲੱਗ ਚੁੱਕਿਆ। ਉਹ ਨਹੀਂ ਬੋਲਦਾ ਸੀ ਪਰ ਹੁਣ ਬੋਲਣ ਲੱਗ ਗਿਆ, ਔਰ ਜਿਸ ਤੋਂ ਬਾਅਦ ਜਦੋਂ ਆਵਾਜ਼ ਆਉਣ ਤੋਂ ਬਾਅਦ ਪਹਿਲੀ ਵਾਰ ਉਸ ਬੱਚੇ ਨੇ ਕੀ ਕਿਹਾ ਉਹ ਤੁਸੀਂ ਆਪ ਸੁਣੋ। ਪਰ ਇਸ ਦੇ ਨਾਲ ਤੁਹਾਨੂੰ ਇਹ ਦੱਸ ਦਿਆਂ ਕਿ ਖੁਸ਼ੀ ਦੇ ਵਿੱਚ ਇਹ ਪਰਿਵਾਰ ਦੇ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਟਰੈਕਟਰ ਭੇਂਟ ਕੀਤਾ ਗਿਆ। ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਸੀਂ ਆਪ ਦੇਖੋ। ਮੈਂ ਕਿਹਾ ਸੀ ਕਿ ਨਾ ਰੋ, ਮੈਂ ਅਰਦਾਸ ਰੱਖਿਆ ਹੋਇਆ ਗੁਰੂ ਰਾਮਦਾਸ ਦੀ ਨਗਰੀ 'ਚ, ਤੇਰਾ ਬੱਚਾ ਜ਼ਰੂਰ ਬੋਲੇਗਾ। ਪਾਣੀ ਪੱਕੀ ਸੀ ਬਾਬਾ ਜੀ ਮੰਗ ਕੇ ਪੀਤਾ, ਅੱਜ ਬਾਬੇ ਨੇ ਇੰਨੀ ਪਾਰ ਕਿਰਪਾ ਕੀਤੀ ਹੈ, ਮੈਂ ਉਸਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਗੁਰੂ ਰਾਮਦਾਸ ਜੀ ਕੋ ਅੱਜ ਜੇ ਜੀ ਕੋ ਖੱਬੇ ਕੁਛ ਗੁਰਾਈ ਕੋ ਕੁਛ ਜੇ ਜੀ ਕੋ ਦੇਖਵਾ ਜੀ ਕੋ ਗੋਬਿੰਦ ਸਿੰਘ ਜੀ ਕੋ ਕੰਸਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲੇ ਜੈ ਸੋਨਿਹਾ ਸਤਿ ਸ੍ਰੀ ਅਕਾਲ। ਜੋ ਵੀ ਕਰਦੀ ਸੀ ਆਪਣੇ ਬੱਚੇ ਲਈ, ਪਾਠ ਕੀਤਾ, ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਅਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ, ਗੁਰਸਿੱਖ ਬਣਾਇਆ। ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਅਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ। ਬੇਟਾ ਜਿਹੜਾ ਬੋਲਣ ਲੱਗ ਪਿਆ, ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ 'ਤੇ ਚੜ੍ਹਾਇਆ ਹੈ।